ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਅਮਰੀਕ ਖੋਸਾ ਕੋਟਲਾ। ਬਈ ਆਪਾਂ ਪਹੁੰਚ ਗਏ ਅੱਜ ਕੈਲਗਿਰੀ, ਹੈ ਨਾ, ਜਿੱਥੇ ਉਹਨਾਂ ਦਾ ਮੇਲਾ ਜਿਨ੍ਹਾਂ ਨੇ ਦੁਨੀਆ ਨੂੰ ਦੱਸਿਆ ਵੀ ਕਬੱਡੀ ਕਿਵੇਂ ਹੁੰਦੀ ਆ। ਹੁਣ ਦੱਸਣ ਦੀ ਲੋੜ ਤਾਂ ਨਹੀਂ, ਮੇਜਰ ਸਿੰਘ ਜੀ ਬਰਾੜ ਸਾਹਿਬ ਸਾਡੇ ਭਲੂਰ ਵਾਲੇ ਅਤੇ ਬਾਈ ਕਰਮਪਾਲ ਸਿੱਧੂ, ਕਿਉਂਕਿ ਬੈਸਟ ਬਾਏ ਦਾ ਨਾਂ ਬਹੁਤ ਸੁਣਿਆ ਸੀਗਾ ਇੰਡੀਆ, ਬੱਚੇ ਬੱਚੇ ਨੂੰ ਪਤਾ। ਪਰ ਅੱਜ ਮੈਂ ਕਹਿੰਦਾ ਵੀ ਅਸੀਂ ਲੱਕੀ ਹਾਂ, ਅਸੀਂ ਉੱਥੇ ਬੈਠੇ ਹਾਂ, ਬੈਸਟ ਬਾਏ ਦੇ ਬੈਠੇ ਹਾਂ। ਸਾਡਾ ਬਾਈ ਰਾਜਪਾਲ ਅੱਜ ਵੱਡੇ ਭਰਾ ਦੇ ਵੀ ਦਰਸ਼ਨ ਹੋ ਗਏ ਆ, ਅਤੇ ਨਾਲ ਸਾਡਾ ਲਾਡੀ ਬਾਈ ਵੀ ਅੱਜ, ਅਤੇ ਸਾਡੇ ਜਿਵੇਂ ਕਰਮਪਾਲ ਬਾਈ ਕਹਿੰਦੇ ਸਾਡੇ ਕੋਲ ਦੋ ਬਰਾੜ ਆ, ਇੱਕ ਬਾਈ ਜਸਕੀਰਤ ਬਰਾੜ ਅਤੇ ਇੱਕ ਮੇਜਰ ਸਿੰਘ ਜੀ ਬਰਾੜ। ਅਤੇ ਨਾਲ ਹੀ ਉੱਧਰ ਸਾਡੇ ਬਾਈ ਸ਼ੇਰ ਹੋਣੀ ਪਰਮਜੀਤਪੁਰੇ ਤੋਂ, ਅਸੀਂ ਉਹਨਾਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ। ਅਤੇ ਬਾਕੀ ਪੰਡਾਲ ਭਰਾਵਾਂ ਦੇ ਅਸੀਂ ਹਮੇਸ਼ਾ ਹੀ ਰਣੀ ਰਵਾਂਗੇ, ਜਿਨ੍ਹਾਂ ਨੇ ਜੇ ਕਹਿ ਲਈਏ ਵੀ ਕਬੱਡੀ ਦੁਬਾਰਾ ਤੋਰਤੀ। ਬਹੁਤ ਵੱਡਾ ਧੰਨਵਾਦ ਉਹਨਾਂ ਭਰਾਵਾਂ ਦਾ ਸਾਡਿਆਂ ਦਾ। ਅਤੇ ਹੁਣ ਮੈਂ ਬਾਈ ਗੁਰਲਾਲ ਦਾ ਦੱਸਾਂ, ਗੁਰਲਾਲ ਬਾਈ ਆਪ ਹੀ ਵੀਡੀਓ ਬਣਾ ਰਿਹਾ। ਅਤੇ ਨਾਲ ਅਸੀਂ ਧੰਨਵਾਦ ਕਰਦੇ ਸਾਡੇ ਪੰਮਾ ਭਾਜੀ, ਹੈ ਨਾ, ਬਨਵੈਦ ਪੰਮਾ ਬਨਵੈਦ ਜੀ। ਅਤੇ ਪੰਡਾਲ ਭਰਾਵਾਂ ਦਾ ਪਹਿਲਾਂ ਹੀ ਮੈਂ ਜ਼ਿਕਰ ਕਰਤਾ ਵੀ ਬੜੀ ਵੱਡੀ ਦੇਣ ਆ ਉਹਨਾਂ ਦੀ, ਹੈ ਨਾ, ਉਹਨਾਂ ਦਾ ਸਾਰੇ ਭਰਾਵਾਂ ਦਾ ਧੰਨਵਾਦ ਆ। ਬਾਕੀ ਵੀ ਪਲੇਅਰ ਸਾਰੇ ਪਲੇਅਰ ਕਾਹਦੇ ਸਾਰੇ ਬਾਂਬੀ, ਹੈ ਨਾ, ਬਾਕੀ ਉਹ ਆਪ ਹੀ ਦੱਸਣਗੇ ਵੀ ਕਿਹਦੀ ਕਿਹਦੀ ਕਿੰਨੀ ਕਿੰਨੀ ਤਿਆਰੀ ਆ। ਅਤੇ ਅਸੀਂ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਨਾ ਬਾਈ। ਅਤੇ ਮੈਂ ਗੁਰਲਾਲ ਬਾਈ ਨੂੰ ਕਹੂੰਗਾ ਬਾਈ ਪਹਿਲਾਂ ਆਪਾਂ ਭਾਜੀ ਦੱਸਣਗੇ ਵੀ ਕਿੱਦਾਂ। ਹਾਂਜੀ, ਸੁਖ ਬਾਈ ਆ ਸਾਡੇ ਨਾਲ, ਤੁਹਾਡਾ ਵੀਰ ਕੈਲਗਿਰੀ ਤੋਂ, ਸ਼ਰਨਾ ਡੱਗੋ ਰਮਾਣੇ ਵਾਲਾ ਆ ਗਿਆ, ਬਾਈ ਜੋਤਾ ਮਹਿਮ ਡਾਲ ਗਿਆ, ਜੋਤਾ ਮਹਿਮ ਡਾਲ। ਹਾਂਜੀ, ਅਤੇ ਆ ਸਾਡੇ ਸਰਦਾਰ ਮੇਜਰ ਸਿੰਘ ਜੀ ਬਰਾੜ, ਰਾਜਪਾਲ ਸਿੱਧੂ ਲੰਡੇ ਕਾਲੇ, ਗੈਰੀ ਗਿੱਲ ਸਾਡਾ ਵੀਰ, ਅਤੇ ਬਾਈ ਜੀ ਤੁਸੀਂ ਆਪਦੀ ਜਾਣੀ ਜੋਧਾ ਵਿੱਕੀ ਜਾਦਾ ਬਾਈ ਜੀ ਸ਼ੁਰਲੀ, ਠੀਕ ਆ ਬਾਈ ਜੀ, ਆ ਸਾਰੇ ਆ ਗਏ ਪਲੇਅਰ ਆਪਣੇ ਕੋਲ, ਇੰਨੇ ਕੁ ਪਹੁੰਚ ਗਏ ਆ। ਬਾਕੀ ਤੁਹਾਡੇ ਜਾਦਾ ਬਾਈ ਪਹੁੰਚਿਆ ਇੱਥੇ, ਇਹਦੇ ਬੜੇ ਫੈਨ ਆ ਕੈਲਗਿਰੀ 'ਚ। ਅਤੇ ਬਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਕੈਲਗਿਰੀ, ਪਹਿਲਾਂ ਜੀ ਆਇਆਂ ਨੂੰ? ਸਾਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਫੇਸਬੁੱਕ ਫਰੈਂਡ ਨੂੰ, ਫੇਸਬੁੱਕ ਦੇ ਵਿੱਚ ਹਾਂਜੀ, ਅਤੇ ਸਾਰੇ ਦਰਸ਼ਕ ਫਰੈਂਡ ਨੂੰ, ਹੋਮ ਆ ਕੇ ਪਹੁੰਚੋ ਟੂਰਨਾਮੈਂਟ 'ਤੇ ਸੈਚਡੇ ਨੂੰ, ਹਾਂਜੀ ਟੂਰਨਾਮੈਂਟ ਹੋਣਗੇ। ਅਤੇ ਜਾਦਾ ਵੀਰ ਆ, ਇਹਦੇ ਵੱਲੋਂ ਵੀ ਰਿਕੁਐਸਟ ਆ, ਸਾਰੇ ਜਿੰਨੇ ਪਲੇਅਰ ਆਏ ਆ ਤੁਸੀਂ ਸਾਰੇ ਇੱਥੇ ਅਮਰੀਕ ਦੇ ਨਾਲ ਪਹੁੰਚੇ ਆ, ਰਾਜਵਿੰਦਰ ਰੰਡਿਆਲੇ ਵਾਲਾ ਵੀ ਆਪਣੇ ਕੋਲ ਪਹੁੰਚ ਗਿਆ, ਬਾਈ ਅੱਜ ਬਿਜ਼ੀ ਸੀ ਕਿਤੇ ਫੈਮਲੀ 'ਚ ਇੱਥੇ ਕੈਲਗਿਰੀ, ਅਤੇ ਇਕਬਾਲ ਨੇ ਵੀ ਆ ਜਾਣਾ, ਅਤੇ ਆਪਣੇ ਰਾਜੂ ਮਨਜੋਤ ਰਾਜੂ ਸਾਰੇ ਆਪਣੇ ਬਾਗੀ ਪਰਮਜੀਤਪੁਰੀ ਆ, ਸੁੱਖੇ ਬਢਾਲ ਨੇ ਕੱਲ੍ਹ ਨੂੰ 2 ਵਜੇ ਪਹੁੰਚ ਜਾਣਾ। ਬਾਕੀ ਅਮਰੀਕ ਆਇਆਂ ਨੂੰ ਅਸੀਂ ਵੀ ਕੈਲਗਿਰੀ ਇੱਥੇ ਪਹੁੰਚਣ 'ਤੇ ਜੀ ਆਇਆਂ ਕਹਿੰਦੇ ਹਾਂ ਸਾਰੇ, ਅਤੇ ਸਾਡੇ ਸੱਜਣ ਸਾਰੇ ਇੱਥੇ ਆ। ਇਹਦੀ ਰੀਸ ਸੀਗੀ ਸਾਡੀ ਵੀ ਇੱਕ ਵਾਰੀ ਵੀ ਅਸੀਂ ਅਮਰੀਕ ਨੂੰ ਕਿਤੇ ਕਨੇਡਾ 'ਚ ਬੋਲਦਾ ਦੇਖ ਗਿਆ, ਜੋ ਵੀ ਪੂਰੀ ਹੋ ਗਈ ਆ। ਅਮਰੀਕ ਕਿਵੇਂ ਲੱਗਦਾ ਬਈ ਤੈਨੂੰ ਇੱਥੇ ਕਨੇਡਾ ਪਹੁੰਚ ਕੇ? ਬਾਹਲਾ ਨਜ਼ਾਰਾ ਬਣ ਗਿਆ ਬਾਈ, ਇੱਕ ਸੁਪਨਾ ਜਿਹਾ ਹੀ ਬਾਈ, ਅਤੇ ਮੈਨੂੰ ਹਜੇ ਵੀ ਲੱਗੀ ਜਾਂਦਾ ਮੈਂ ਨਾ ਇਹਨੂੰ ਅਮਰੀਕ ਦੀ ਅੱਖ ਖੁੱਲ੍ਹ ਜਾਈ ਅਤੇ ਮੈਂ ਫਿਰ ਉੱਥੇ ਦੌੜ ਦੇ ਮੰਜੇ 'ਤੇ ਪਿਆ ਹੋਵਾਂ। ਬਾਈ ਸਾਡੀ ਉਮਰ ਲੱਗ ਜੇ ਇਹਨਾਂ ਨੂੰ, ਹੈ ਨਾ, ਬਾਈ ਬੋਲੀ ਜਿੱਦੇ ਆਪਾਂ ਪੇਪਰ ਭੇਜੇ ਸੀ ਅਮਰੀਕ ਨੂੰ, ਮੈਂ ਮੈਸੇਜ ਕੀਤਾ, ਤੂੰ ਕੀ ਕਿਹਾ ਸੀ ਵੀ ਇੱਕ ਆਪਣੀ ਵੀ ਦਿਲ ਦੀ ਰੀਝ ਆ ਵੀ ਜਿੱਥੇ ਪਲੇਅਰ ਸਾਥ ਦੇਣਾ ਇਹ ਵੀ ਸੱਦਣਾ ਇੱਕ ਵਾਰੀ ਬੰਦਾ। ਇਹ ਆਪਣੇ ਮਨ ਦੀ ਤਮੰਨਾ ਸੀਗੀ 3-4 ਸਾਲ ਤੋਂ, ਅਤੇ ਜੋ ਪਰਮਾਤਮਾ ਨੇ ਪੂਰੀ ਕੀਤੀ ਬੰਦਾ ਨਹੀਂ ਕਰ ਸਕਦਾ, ਪਰ ਇੱਕ ਇਹ ਵੀ ਦਾਵਾ ਇੰਡੀਆ ਜਾ ਕੇ ਅਮਰੀਕ ਜਿਹੜੀ ਚੀਜ਼ 'ਤੇ ਹੱਥ ਰੱਖ ਦੂਗਾ ਆਪਾਂ ਇਹਦੇ ਬੋਲ ਪਕਾ ਦੇਵਾਂਗੇ, ਪ੍ਰੋਮਿਸ ਇਹਦੇ ਲਈ ਨਾ ਇਹ ਅਮਰੀਕ ਤੇਰੇ ਲਈ ਖੁਸ਼ੀ ਸਾਨੂੰ ਵੀ ਜਿਹੜੀ ਗੱਡੀ 'ਤੇ ਜੇ ਇਹ ਕਵੇ ਮੈਨੂੰ ਹੈਂਡੀਕੈਪ ਗੱਡੀ ਚਾਹੀਦੀ ਉਹ ਵੀ ਮਿਲੂਗੀ, ਪ੍ਰੋਮਿਸ ਆ ਬਾਈ ਦਾ। ਨਹੀਂ ਨਹੀਂ ਬਾਈ, ਸਾਰਾ 100% ਪ੍ਰੋਮਿਸ ਆ, ਹੈਂਡੀਕੈਪ ਗੱਡੀ 'ਚ ਜਾਊਗਾ, ਜਿਹੜੀ ਗੱਡੀ ਜਾਊਗਾ ਇਹ ਉਹ ਨਹੀਂ ਗੱਡੀ ਮਿਲੂਗੀ ਇੰਡੀਆ ਦੇ ਵਿੱਚ। ਬਾਕੀ ਬੰਦੇ ਜਿਹੜੇ ਆਪਣੇ ਨਾਲ ਹੈਗੇ ਆ, ਪੱਕਾ ਪ੍ਰੋਮਿਸ ਆ, ਜਿਹੜੀ ਗੱਡੀ ਕਹੂਗਾ
ਨਾਲੇ ਹੈਂਡੀਕੈਪ ਵਿੱਚ ਫਿੱਟ ਕਰਕੇ ਦੇਵਾਂਗੇ। ਬਸ ਬਾਈ ਤੁਸੀਂ ਕਹਿਤਾ ਮੈਨੂੰ, ਨਹੀਂ ਰੀਜ ਇਹ ਆ ਵੀ ਆਪ ਚਲਾ ਕੇ ਜਾਵੇ ਜਿੱਥੇ ਜਾਵੇ, ਉਹ ਸਿਸਟਮ ਲਾ ਕੇ ਦੇਵਾਂਗੇ। ਵਧੀਆ ਬਾਈ, ਨਹੀਂ ਬਾਈ ਸਾਰਾ ਕੁਝ ਦੇ ਦਾ, ਬਾਕੀ ਤੁਸੀਂ ਜਿਉਂਦੇ ਵਖਦੇ ਰਹੋ ਹੈ ਨਾ। ਮੈਂ ਪਹਿਲਾਂ ਹੀ ਜਿਵੇਂ ਵਿੱਕੀ ਗੱਲ ਕਰਦਾ ਸੀਗਾ, ਇੱਥੇ ਖੜਾ ਸਾਡਾ ਵੀਰ ਕਹਿੰਦਾ ਵੀ ਵਿਰਾਟ ਸਾਹਿਬ ਦੀ ਉਮਰ ਇੰਨੀ ਕੁ ਹੋ ਜਾਏ ਹੈ ਨਾ ਵੀ ਵਿਰਾਟ ਸਾਹਿਬ ਨੇ ਮੇਰਾ ਸੁਪਨਾ ਵੀ ਸਾਰੇ, ਮੈਂ ਕਹਿੰਦਾ ਜਿੰਨੇ ਇੱਥੇ ਆਏ ਜਾਂਦੇ ਜਿੰਨੇ ਸ਼ਰਨਾ ਬਾਈ ਦਾ, ਹੁਣ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਨਾ ਵੀ ਸਾਡੇ ਭਤੀਜ ਨੇ ਤਾਂ ਪੱਕਾ ਮੰਨ ਲਾ ਬੋਰ ਨਹੀਂ ਇੱਥੋਂ ਦਾ ਵਾਹਿਗੁਰੂ ਸੁਣਿਆ ਨਾ। ਅਤੇ ਬਾਕੀ ਵੀ ਪਰਮਾਤਮਾ ਕਰੇ ਵੀ ਉਹਨਾਂ ਦਾ ਸੁਪਨਾ ਪੂਰਾ ਹੋਵੇ ਵਿਰਾਟ ਸਾਹਿਬ ਦਾ। ਅਤੇ ਬਾਕੀ ਮੈਂ ਫਿਰ ਕਹਿੰਦਾ ਵੀ ਕਿਤੇ ਕਰਮਪਾਲ ਬਾਈ ਕਿਤੇ ਜਿਹੜਾ ਅੱਗੇ ਹੋਇਆ ਸੀ ਉਹ ਹੋ ਜਾਵੇ ਫਿਰ ਆ। ਬਾਕੀ ਵੀ ਕਰਮਪਾਲ ਨੂੰ ਪੁੱਛੀ ਆ ਬਾ ਕੀ ਕਹਿਣਾ ਚਾਹੁੰਦਾ ਬਾਈ। ਗਰਮੇ ਬਾਈ ਕਿਵੇਂ ਖੁਸ਼ ਆ ਤੂੰ, ਪਲੇਅਰ ਆ ਗਿਆ ਤੇਰੇ ਕੋਲੇ ਇੱਥੇ ਸਾਰੇ ਅਮਰੀਕ ਹੋਣੀ ਆ ਗਏ। ਅੱਜ ਪੂਰੇ ਖੁਸ਼ ਆ ਸੀ, ਸਾਡਾ ਛੋਟਾ ਵੀ ਇੱਥੇ ਪਹੁੰਚਿਆ ਬਾਈ, ਸਾਡੇ ਸਾਰੇ ਭਰਾ ਇੱਥੇ ਆਏ ਆ, ਬਹੁਤ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੀ। ਲਾਡੀ ਬਾਈ ਕੀ ਕਹਿਣਾ ਚਾਹੁੰਦਾ? ਵਧੀਆ ਜੀ, ਪੂਰਾ ਇੰਜੋਏ ਕਰ ਰਹੇ ਹਾਂ, ਟੀਮ ਪਲੇਅਰ ਆ ਗਿਆ ਜੀ ਪੂਰੇ, ਹੁਣ ਕਰਾਂਗੇ ਇੰਜੋਏ ਟੂਰਨਾਮੈਂਟ ਦਾ। ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਪਹੁੰਚਿਓ 4 ਤਰੀਕ ਨੂੰ ਅਤੇ ਇੰਜੋਏ ਕਰੋ ਟੂਰਨਾਮੈਂਟ। ਥੈਂਕ ਯੂ। ਹਾਂਜੀ ਜਸਕੀਰਤ ਬਾਈ, ਸਾਰੇ ਜਣੇ ਪ੍ਰੈਰੀਵਿੰਡ ਪਾਰਕ ਦੇ ਵਿੱਚ 4 ਅਗਸਤ ਨੂੰ ਪਹੁੰਚੋ, ਉੱਥੇ ਕੌਡੀਆਂ ਪੈਣੀਆਂ, ਪਲੀਜ਼ ਹੋਮ ਹੋਮ ਆ ਕੇ ਪਹੁੰਚੋ ਲੱਡੂ। ਹਾਂਜੀ ਬਾਈ, ਬ੍ਰਹਮ ਜੀ ਤੁਸੀਂ ਦੱਸੋ ਜੀ। ਸਭ ਤੋਂ ਪਹਿਲਾਂ ਤਾਂ ਮੇਜਰ ਸਿੰਘ ਬਰਾੜ ਹੁਣ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ, ਜਿਹੜੇ ਪਿਛਲੇ ਕਈ ਲੰਮੇ ਸਮੇਂ ਤੋਂ ਕਬੱਡੀ ਦੇ ਪਲੇਅਰਾਂ ਨਾਲ, ਕਬੱਡੀ ਪੰਜਾਬੀ ਮਾਂ ਖੇਡ ਕਬੱਡੀ ਨਾਲ ਜੁੜੇ ਹੋਏ ਆ, ਔਰ ਕੈਲਗਰੀ ਦੇ ਖਾਸ ਕਰਕੇ ਕੈਲਗਰੀ ਨਿਵਾਸੀ, ਉਹਨਾਂ 'ਚ ਵੀ ਇਹ ਖੁਸ਼ੀ ਦੀ ਲਹਿਰ ਹੋਣੀ ਚਾਹੀਦੀ ਹੈ ਕਿ ਜਿਵੇਂ ਉਹਨੇ ਦੱਸਿਆ ਕਿ ਬਹੁਤ ਵਧੀਆ ਵਧੀਆ ਪਲੇਅਰ ਜਿਹੜੇ ਇੰਡੀਆ ਤੋਂ ਇੱਥੇ ਪਹੁੰਚੇ ਆ। 4 ਤਰੀਕ ਨੂੰ ਪ੍ਰੇਰੀ ਪਿੰਡ ਪਾਰਕ ਦੀਆਂ ਖੁੱਲ੍ਹੀਆਂ ਗਰਾਊਂਡਾਂ 'ਚ ਇਹ ਮੈਚ ਹੋਣ ਜਾ ਰਿਹਾ। ਸੋ ਸਮੂਹ ਕੈਲਗਰੀ ਅਤੇ ਆਲੇ ਦੁਆਲੇ ਦੇ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਕਬੱਡੀ ਟੂਰਨਾਮੈਂਟ ਪਹੁੰਚੋ ਅਤੇ ਇਹਦੀ ਸ਼ਾਨ ਨੂੰ ਵਧਾਓ ਜੀ। ਬਹੁਤ ਬਹੁਤ ਧੰਨਵਾਦ ਜੀ। ਅਸੀਂ ਅਮਰੀਕ ਕੋਲੇ ਫਿਰ ਆਉਣੇ। ਅਮਰੀਕ ਬਾਈ ਹੋਰ ਕੋਈ ਕਹਿਣਾ ਚਾਹੁੰਦੇ ਆ? ਫਿਰ ਆਪਾਂ ਪਲੇਅਰ ਸਾਰੇ ਬੈਠੇ ਆ, ਇਹਨਾਂ ਨੇ ਵੀ ਜਾ ਕੇ ਆਰਾਮ ਕਰਨਾ, ਹੋਰ ਕੀ ਕਹਿਣਾ ਚਾਹੁੰਦਾ? ਬਸ ਮੈਂ ਸਾਰੇ ਭਰਾਵਾਂ ਨੂੰ ਇਹੀ ਕਹਿਣਾ ਵਾ ਹਨਾ ਵੀ ਉਹਨਾਂ ਦਾ ਮੇਲਾ ਜਿਹਨਾਂ ਨੇ ਕਬੱਡੀ ਦੇ ਲਈ ਬਹੁਤ ਕੁਛ ਕਰ ਦਿੱਤਾ, 4 ਤਰੀਕ ਨੂੰ ਸਾਰੇ ਤੁਸੀਂ ਆ ਜਾਓ, ਫਿਰ ਆਪਾਂ ਮਿਲਦੇ ਹਨਾ। ਬਾਕੀ ਹੁਣ ਹੀ ਤੁਸੀਂ ਦੇਖ ਲਓ ਉੱਥੇ ਗਰਾਊਂਡ ਦੇ ਵਿੱਚ ਕੀ ਹੋਣਾ, ਰੱਬ ਜਾਣਦਾ। ਅਤੇ ਇੱਧਰ ਸਾਰਾ ਸਾਰੇ ਵੀਰ ਸਾਡੇ ਬੈਠੇ ਪਲੇਅਰ, ਸਾਰੇ ਬਾਂਬੀ ਜਿਵੇਂ ਇੱਕ ਐਂ ਲੱਗਦਾ ਇੱਕ ਬਰੂਦ ਦੀ ਸੁਰੰਗ ਫੜੀ ਗਈ ਹੁੰਦੀ ਹੈ ਨਾ, ਅਤੇ ਐਂ ਚਿਣੇ ਪਏ ਆ, ਪਤਾ ਲੱਗਦਾ ਵੀ ਕੁਛ ਨਾ ਕੁਛ ਹੋਊਗਾ 4 ਨੂੰ। ਸਾਨੂੰ ਵੀ ਆਸ ਆ ਬਾਈ ਸਾਰੇ ਪਲੇਅਰ ਮਹਾਰਾਜ ਕਿਰਪਾ ਕਰੇ, ਸੁੱਖ ਸਾਂਦ ਨਾਲ ਸਾਡੇ ਕੋਲ ਪਹੁੰਚੇ ਆ, ਸੁੱਖ ਸਾਂਦ ਨਾਲ ਜਾਣ, ਵਧੀਆ ਖੇਡ ਖੇਡਣ। ਅਸੀਂ ਸਾਰੇ ਆਸ ਕਰਦੇ ਹਾਂ ਕਿ ਜਿੰਨੇ ਵੀ ਪਲੇਅਰ ਆਏ ਆ ਉਹਨਾਂ ਨੂੰ ਪਹਿਲਾਂ ਤਾਂ ਇੱਥੇ ਕੈਲਗਰੀ ਪਹੁੰਚਣ 'ਤੇ ਅਸੀਂ ਪੂਰੀ ਫਰੈਂਡ ਸਪੋਰਟਸ ਕਲੱਬ ਜੀਆਂ ਆਖਦੇ ਹਾਂ। ਆਸ ਕਰਦੇ ਹਾਂ ਕਿ ਤੁਸੀਂ ਵਧੀਆ ਖੇਡ ਦਿਖਾਓਗੇ, ਅਤੇ ਦਰਸ਼ਕ ਜਿਹੜੇ ਹੈਗੇ ਆਪਣੇ ਕੈਲਗਰੀ ਦੇ ਆਪਣੇ ਨਾਲ ਜਿਹੜੇ ਫੇਸਬੁੱਕ 'ਤੇ ਵੀ ਦੇਖ ਰਹੇ, ਇੰਡੀਆ ਤੋਂ ਵੀ ਦੇਖ ਰਹੇ, ਉਹਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਹ ਸ਼ੇਅਰ ਕਰੋ ਤਾਂ ਕਿ ਜਿਹੜੇ ਸਾਰੇ ਦਰਸ਼ਕ ਇਹਨਾਂ ਦੀ ਖੇਡ ਦਾ ਆਨੰਦ ਮਾਣਨ। ਸੋ ਅਮਰੀਕ ਧੰਨਵਾਦ ਬਾਈ ਤੇਰਾ ਫਾਈਨਲ ਵਾਰਡ। ਥੈਂਕ ਯੂ ਸਾਰੇ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਦੇ ਸਾਰਿਆਂ ਧੰਨਵਾਦ ਕਰਦੇ ਹਾਂ। ਅਤੇ ਅੱਜ ਮੈਂ ਫਿਰ ਦੱਸਦਾ ਵੀ ਜਿੱਥੇ ਅਸੀਂ ਆ ਬੈਠੇ ਹਾਂ ਹੁਣ, ਇਹ ਬਾਈ ਕਰਮਪਾਲ ਸਿੱਧੂ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਆ, ਬਾਈ ਮੇਜਰ ਸਿੰਘ ਜੀ ਬਰਾੜ ਹੋਣੀ ਅਤੇ ਅੱਜ ਰਾਜਪਾਲ ਬਾਈ ਦੇ ਵੀ ਦਰਸ਼ਨ ਹੋ ਗਏ ਹੈ ਨਾ, ਸਾਰੇ ਭਰਾਵਾਂ ਦਾ ਧੰਨਵਾਦ ਆ, ਬੈਸਟ ਬਾਈ ਫਰਨੀਚਰ ਦਾ ਧੰਨਵਾਦ ਆ। ਅਤੇ ਹੁਣ ਮੈਂ ਬੇਨਤੀ ਕਰਦਾ ਸਾਰੇ ਦਰਸ਼ਕਾਂ ਨੂੰ ਵੀ 4 ਤਰੀਕ ਨੂੰ ਆ ਜਾਓ, ਉੱਥੇ ਆਪਾਂ ਕਰਾਉਣੇ ਹੁਰ ਹੁਰ। ਧੰਨਵਾਦ, ਥੈਂਕ ਯੂ।